ਅੱਜ ਫਤਿਹਗੜ੍ਹ ਸਾਹਿਬ ਦੀ ਜਿਹੜੀ ਡਾਇਟ ਹੈ ਅਤੇ ਟੀਚਰ ਟ੍ਰੇਨਿੰਗ ਦਾ ਪ੍ਰੋਗਰਾਮ ਹੈ, ਅਸੀਂ ਟੋਟਲ ਟੀਚਰ ਟ੍ਰੇਨਿੰਗਸ ਨੂੰ ਜਿਹੜੀ ਆ ਰੀਵੈਂਪ ਕਰ ਰਹੇ ਹਾਂ। ਉਸ ਤੋਂ ਇਲਾਵਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਹੇਠ ਜਿਹੜੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ, ਜਿਸ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ 19,000 ਸਕੂਲਾਂ ਦੇ ਵਿੱਚੋਂ ਤਕਰੀਬਨ 18,000 ਸਕੂਲਾਂ ਦੇ ਵਿੱਚ ਕੋਈ ਨਾ ਕੋਈ ਕੰਮ ਚੱਲ ਰਿਹਾ, ਚਾਰ ਦੀਵਾਰੀ ਦਾ, ਫਰਨੀਚਰ ਦਾ, ਕਲਾਸਰੂਮ ਦਾ, ਵਾਸ਼ਰੂਮਸ ਦਾ, ਬੁਨਿਆਦੀ ਢਾਂਚਾ ਜਿਹੜਾ ਹੈ ਉਹ ਠੀਕ ਹੋ ਰਿਹਾ ਪੰਜਾਬ ਦੇ ਸਕੂਲਾਂ ਦਾ। ਇਸ ਤੋਂ ਇਲਾਵਾ ਜਿਹੜੇ 117 ਸਾਡੇ ਸਕੂਲ ਆਫ ਫੈਮੀਨੈਂਸ ਹੈ, ਉਹਨਾਂ ਦਾ ਕੰਮ ਵੀ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ। ਬਹੁਤ ਜਲਦੀ ਜਿਹੜੇ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਹੋਰ ਕਈ ਸਕੂਲ ਆਫ ਫੈਮੀਨੈਂਸ, ਪਿੱਛੇ ਜੇ ਆਪਾਂ ਅੰਮ੍ਰਿਤਸਰ ਦਾ ਉਦਘਾਟਨ ਕੀਤਾ ਸੀ, ਹੁਣ ਬਹੁਤ ਜਲਦੀ ਅਗਲੇ ਮਹੀਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਈ ਸਕੂਲ ਇੱਦਾਂ ਦੇ ਲੋਕ ਅਰਪਣ ਕਰਨਗੇ। ਨਾਲ ਹੀ ਆਪ ਜੀ ਨੂੰ ਪਤਾ ਕਿ ਸਾਡੇ ਬੱਚਿਆਂ ਵੱਲੋਂ ਜਿਹੜੀਆਂ ਵੱਡੀਆਂ ਵਿੱਦਿਅਕ ਪ੍ਰਾਪਤੀਆਂ ਵੀ ਕੀਤੀਆਂ ਗਈਆਂ, ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਜਾਪਾਨ ਵੀ ਗਏ, ਇਸਰੋ ਵੀ ਗਏ। ਪਿਛਲੇ ਮਹੀਨੇ ਸਾਡੇ ਬੱਚਿਆਂ ਦਾ ਵਿੰਟਰ ਕੈਂਪ ਲੱਗਿਆ ਸੀਗਾ। ਪਹਿਲੀ ਵਾਰੀ ਹੈ ਕਿ ਜੋ ਕਿਸੇ ਵੀ ਪੰਜਾਬ ਦਾ ਕੋਈ ਮਹਿੰਗੇ ਤੋਂ ਮਹਿੰਗਾ ਸਭ ਤੋਂ ਸ਼ਾਨਦਾਰ ਪ੍ਰਾਈਵੇਟ ਸਕੂਲ ਵੀ ਜੋ ਫੈਸਿਲਿਟੀ ਨਹੀਂ ਦਿੰਦਾ ਐਕਸਪੋਜਰ ਵਿਜ਼ਿਟਸ ਦੀ, ਉਹ ਫੈਸਿਲਿਟੀਆਂ ਸਾਡੇ ਸਰਕਾਰੀ ਸਕੂਲ 'ਚ ਮਿਲਦੀਆਂ, ਸਕੂਲ ਆਫ ਫੈਮੀਨੈਂਸ ਦੇ ਬੱਚਿਆਂ ਨੂੰ ਮਿਲ ਰਹੀਆਂ। ਇਸ ਤੋਂ ਇਲਾਵਾ ਜੀ, ਤੁਸੀਂ ਆਪ ਸਾਰੇ ਸਤਿਕਾਰਯੋਗ ਹੋ, ਤੁਸੀਂ ਜਾ ਕੇ ਦੇਖ ਸਕਦੇ ਹੋ, ਜਿੰਨੇ ਵੀ ਪੰਜਾਬ ਦੇ ਵਿੱਚ ਸੀਨੀਅਰ ਸੈਕੈਂਡਰੀ ਸਕੂਲ ਨੇ ਜਿੱਥੇ 500 ਤੋਂ ਵੱਧ ਬੱਚੇ ਆ, ਉੱਥੇ ਦੋ ਸਕਿਉਰਿਟੀ ਗਾਰਡ ਤੈਨਾਤ ਹੋ ਚੁੱਕੇ ਆ। ਇਹ ਕਲਪਨਾ ਤੋਂ ਪਾਰ ਦੀ ਗੱਲ ਸੀ ਕਿ ਸਰਕਾਰੀ ਸਕੂਲਾਂ 'ਚ ਵੀ ਕਦੇ ਸਕਿਉਰਿਟੀ ਗਾਰਡ ਆ ਸਕਦੇ ਆ। ਅੱਗੇ ਉਹਨਾਂ ਸਕੂਲਾਂ ਦੇ ਵਿੱਚ ਜਦੋਂ ਜਾਂਦੇ ਸੀ, ਅਕਸਰ ਮਾਤਾ ਪਿਤਾ ਇਹ ਕੰਪਲੇਂਟ ਕਰਦੇ ਸੀ ਕਿ ਛੁੱਟੀ ਵੇਲੇ ਹੁੱਲੜਬਾਜ਼ੀ ਹੁੰਦੀ ਹੈ ਪ੍ਰਾਈਵੇਟ ਸਕੂਲਾਂ 'ਚ ਵੀ ਇਹ ਹੁਣ, ਪਰ ਸਰਕਾਰੀ ਸਕੂਲ ਸੁਰੱਖਿਅਤ ਨੇ, ਸਭ ਤੋਂ ਵੱਧ ਸੁਰੱਖਿਅਤ ਸਕੂਲ ਸਾਡੇ ਸਰਕਾਰੀ ਸਕੂਲ ਨੇ। ਇਸ ਤੋਂ ਬਾਅਦ 2000 ਕੈਂਪਸ ਮੈਨੇਜਰ ਆ ਚੁੱਕੇ ਨੇ, ਸਫਾਈ ਸੇਵਕ ਆ ਚੁੱਕੇ ਨੇ ਤਾਂ ਕਿ ਸਕੂਲ ਸਾਫ਼ ਸੁਥਰੇ ਰਹਿਣ। ਇਹ ਇੱਕ ਵੱਡੀ ਜਿਹੜੀ ਹੈ, ਅੱਜ ਇਸੀ ਤਹਿਤ ਦੇ ਨਾਲ ਫਤਿਹਗੜ੍ਹ ਸਾਹਿਬ 'ਚ ਅਸੀਂ ਟੀਚਰ ਟ੍ਰੇਨਿੰਗ ਕਰਨੀ ਹੈ। ਵੋਕੇਸ਼ਨਲ ਐਡੂਕੇਸ਼ਨ ਚੱਲਦੀ ਸੀ ਪਰ ਉਹ ਬਹੁਤ ਪੁਰਾਣੀ ਹੋ ਚੁੱਕੀ ਸੀ, ਉਸਨੂੰ ਕਿਵੇਂ ਆਪਾਂ ਬਦਲ ਸਕਦੇ, ਇਹਦੇ ਉੱਤੇ ਅੱਜ ਸਾਡੀ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੀ ਮੁਹਿੰਮ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਲਾਂਚ ਕਰਨ। ਇੱਕ ਬਾਇਓਮੈਟ੍ਰਿਕ ਦੀ ਗੱਲ ਕੀਤੀ ਜਾਵੇ, ਬਾਇਓਮੈਟ੍ਰਿਕ ਕੀ ਪੂਰੇ ਪੰਜਾਬ ਦੇ ਵਿੱਚ ਲੱਗੂਗੀ ਸਕੂਲ ਸਿੱਖਿਆ ਵਿਭਾਗ ਦੀ ਬਾਇਓਮੈਟ੍ਰਿਕ? ਇੱਕ ਸਰ ਸਕੂਲਾਂ ਤੋਂ ਹਟ ਕੇ ਇੱਕ ਸਵਾਲ ਹੈਗਾ ਜੀ, ਜਿਹੜੀ ਪੰਜਾਬ ਦਾ ਹੈਰੀਟੇਜ ਸੱਭਿਆਚਾਰਕ ਹੈਗਾ, ਝਾਕੀਆਂ ਦੇ ਰੂਪ 'ਚ ਹੁਣ ਪੰਜਾਬ 'ਚ ਕਿੱਥੇ ਕਿੱਥੇ ਦਿਖਾਇਆ ਜਾਊਗਾ, ਕਿਉਂਕਿ ਕੇਂਦਰ ਵੱਲੋਂ ਝਾਕੀਆਂ ਜੀ? ਉਹ ਤੁਹਾਨੂੰ ਆਪ, ਤੁਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਦੇ 'ਤੇ ਜਵਾਬ ਦੇ ਚੁੱਕੇ ਨੇ, ਪੂਰੇ ਪੰਜਾਬ ਦੇ ਵਿੱਚ ਝਾਕੀਆਂ ਨਿਕਲਣਗੀਆਂ। ਮੈਨੂੰ ਜਿੱਥੇ ਤੱਕ ਜਾਣਕਾਰੀ ਹੈ, ਕੱਲ੍ਹ ਮੇਰੇ ਹਲਕੇ ਸੀ ਰੋਪੜ ਪਹੁੰਚੇ ਪੂਰੇ, ਇੱਥੇ ਕਾਫੀ, ਅੱਜ ਸ਼ਾਮ ਨੂੰ ਫਤਿਹਗੜ੍ਹ ਸਾਹਿਬ ਵੀ ਆ ਜਾਣਗੇ। ਇੱਥੇ ਕਾਫੀ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਦੀ ਕਈ ਪੋਸਟਾਂ ਖਾਲੀ ਨੇ ਦੋਸਤੋ ਤੱਕ ਵੀ ਦੋਸਤੋ ਹੁਣ ਤਾਂ ਲਾ ਦਿੱਤੇ ਨੇ ਜੀ। ਅਸੀਂ, ਮੈਂ ਤੁਹਾਨੂੰ ਦੱਸਦਾ, ਪਹਿਲੀ ਵਾਰੀ ਪ੍ਰਮੋਸ਼ਨਾਂ ਹੋਈਆਂ DP, ਅੱਜ ਤੱਕ ਕਦੇ DO ਦੀ ਪ੍ਰਮੋਸ਼ਨਾਂ ਨਹੀਂ ਹੋਈਆਂ ਸੀ ਮੈਨੂੰ ਨਹੀਂ। ਅਸੀਂ ਵਿਭਾਗ 'ਚ ਪੁੱਛੋ, ਕਹਿੰਦੇ ਵਿਭਾਗ ਕਹਿੰਦਾ ਸਾਨੂੰ ਨਹੀਂ ਯਾਦ ਆਖਰੀ ਪ੍ਰਮੋਸ਼ਨਾਂ ਕਦੋਂ ਹੋਈਆਂ ਸੀ, ਤਾਂ ਤੁਹਾਡੇ ਸਾਹਮਣੇ ਹਾਲਾਤ ਸੀਗੇ, ਭਰਤੀਆਂ ਨਹੀਂ ਹੋਈਆਂ। ਤਾਂ ਉਹ ਜਦੋਂ ਹੁਣ ਭਰਤੀਆਂ ਵੀ ਕਰ ਰਹੇ ਹਾਂ, ਪ੍ਰਮੋਸ਼ਨਾਂ ਵੀ ਕਰ ਰਹੇ ਹਾਂ, ਤਾਂ ਆਪਣੇ ਆਪ ਉਹ ਜਿਹੜੇ ਸਿਸਟਮ ਹੈ ਠੀਕ ਹੋਊਗਾ। ਵੈਸੇ ਵੀ ਕੈਨੇਡਾ ਵੱਲੋਂ ਐਜੂਕੇਸ਼ਨ ਪਾਲਿਸੀ 'ਚ ਸੁਧਾਰ ਲਿਆਂਦਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਕੁਝ ਐਜੂਕੇਸ਼ਨ ਵਿੱਚ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨਿਰਦੇਸ਼ ਦਿੱਤੇ ਗਏ ਹਨ। ਅਸੀਂ ਇੱਕ ਥਿੰਕ ਟੈਂਕ ਬਹੁਤ ਜਲਦੀ ਬਣਾ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਆਦੇਸ਼ ਦਿੱਤੇ ਕਿ ਉਹਨਾਂ ਕੋਲ ਭੇਜਿਆ ਜਾਵੇ ਅਤੇ ਪੰਜਾਬ ਆਪਣੀ ਸਿੱਖਿਆ ਨੀਤੀ ਲਾਗੂ ਕਰੇ। ਜਿਹੜੇ ਸਟੂਡੈਂਟ ਬਾਹਰ ਜਾ ਰਹੇ ਸੀ, ਮਤਲਬ ਕਿ ਜਿਸ ਤਰ੍ਹਾਂ ਕੈਨੇਡਾ ਨੇ ਰੋਕ ਲਾ ਦਿੱਤੀ ਨਹੀਂ ਜੀ ਸਾਡੇ, ਮੈਂ ਤੁਹਾਨੂੰ ਦੱਸ ਦਵਾਂ, ਚਾਹੇ ਇੱਕ ਪਿੱਛੇ ਜੇਕਰ ਕੱਲ੍ਹ ਕਈ ਅਖਬਾਰਾਂ ਨੇ ਛਾਪਿਆ ਵੀ ਕਿ ਪੰਜਾਬ ਦੀ HER ਘੱਟ ਗਈ, ਪਰ ਜੋ ਮੇਰਾ ਜੋ ਤੁਹਾਨੂੰ ਅੰਕੜਾ ਹੈ, ਚਾਹੇ ਤੁਹਾਨੂੰ ਅੱਜ ਅਸੀਂ, ਮੈਂ ਕੋਸ਼ਿਸ਼ ਕਰੂੰਗਾ ਕਿ ਉਚੇਰੀ ਸਿੱਖਿਆ ਵੱਲੋਂ ਅੰਕੜੇ ਜਾਰੀ ਹੋ ਜਾਣ। ਪੰਜਾਬ ਦੇ ਆਲਮੋਸਟ ਸਾਰੇ ਸਰਕਾਰੀ ਕਾਲਜਾਂ 'ਚ, ਪੰਜਾਬ ਦੀ ਸਾਰੀ ਸਰਕਾਰੀ ਯੂਨੀਵਰਸਿਟੀਆਂ 'ਚ ਪਿਛਲੇ ਸਾਲ ਜਿਹੜੇ ਦਾਖਲੇ ਆ ਵਧੇ ਆ, ਕੁਛ ਯੂਨੀਵਰਸਿਟੀਆਂ 'ਚ 2 ਹੋ ਗਏ। ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ, ਉੱਥੇ ਉਸ ਤੋਂ ਪਿਛਲੇ ਸਾਲ 700 ਸੀ, ਅਸੀਂ ਇਸ ਸਾਲ 1300 ਦਾ ਅੰਕੜਾ ਛੂ ਲਿਆ। ਇੱਥੇ ਹੀ PTU ਕਪੂਰਥਲੇ ਦੇ ਵਿੱਚ
ਇੱਦਾਂ ਹੀ ਗੁਰਦਾਸਪੁਰ ਦੀ ਯੂਨੀਵਰਸਿਟੀ, ਇੱਦਾਂ ਹੀ ਸਰਕਾਰੀ ਕਾਲਜਾਂ ਦੇ ਵਿੱਚ ਤਾਂ ਹੌਲੀ ਹੌਲੀ ਤਾਂ ਹੁਣ ਜਿਵੇਂ ਟਰੈਂਡ ਬਦਲੂਗਾ। ਮੈਂ ਪਰਸੋਂ ਮੋਗੇ ਸੀ, ਲਾਲਾ ਲਾਜਪਤ ਰਾਏ ਜੀ ਦੇ ਦਿਨ ਉਹਨਾਂ ਦਾ ਜਨਮ ਸ਼ਤਾਬਦੀ ਸੀ, ਉੱਥੇ ਮੈਂ ਜਦੋਂ ਸੀ ਉੱਥੇ ਵੀ ਮੈਂ ਕਿਹਾ ਹੁਣ ਤੱਕ ਤਾਂ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਸੀ ਬੱਚਿਆਂ ਕੋਲ ਕੋਈ ਸਾ, ਹੁਣ ਉਹ ਦੇਖਦੇ ਆਪਣੇ ਪਿੰਡਾਂ ਆਪਣੇ ਸ਼ਹਿਰਾਂ 'ਚ ਕਿ ਜੀ ਫਲਾਨੇ ਦਾ ਮੁੰਡਾ ਪੁਲਿਸ 'ਚ ਭਰਤੀ ਹੋ ਗਿਆ, ਫਲਾਨੇ ਦੀ ਕੁੜੀ ਟੀਚਰ ਲੱਗ ਗਈ। ਹੁਣ ਉਹਨਾਂ 'ਚ ਇੱਕ ਜਿਹੜੀ ਸਰਕਾਰੀ ਨੌਕਰੀਆਂ ਲੈਣ ਦੀ ਚਾਹ ਵਧੀ ਹੈ, ਇਹ ਭਗਵੰਤ ਮਾਨ ਸਾਹਿਬ ਦੀ ਜਿਹੜੀ ਹੈ ਸੋਚ ਹੈ। ਤੁਸੀਂ ਦੇਖੋ ਹਰ 10 ਦਿਨ ਬਾਅਦ ਉਹ ਨਿਯੁਕਤੀ ਪੱਤਰ ਵੰਡਦੇ, ਅੱਜ ਤੱਕ ਕਦੀ ਕਿੱਥੇ ਕੋਈ ਨਿਯੁਕਤੀ ਪੱਤਰ ਵੰਡੇ ਜਾਂਦੇ ਸੀਗੇ। 72 ਸਾਲਾਂ ਦਾ, ਇਕੱਲਾ ਸਿਰਫ ਨੌਕਰੀਆਂ ਦੀ ਗੱਲ ਨਾ ਕਰੀਏ, ਖੇਡਾਂ ਦੇ ਵਿੱਚ ਵੀ 72 ਸਾਲਾਂ ਦਾ ਰਿਕਾਰਡ ਪੰਜਾਬ ਨੇ ਤੋੜਿਆ ਏਸ਼ੀਅਨ ਗੇਮਸ। 72 ਸਾਲਾਂ ਬਾਅਦ ਪੰਜਾਬ ਨੇ ਇੰਨਾ ਸ਼ਾਨਦਾਰ ਪਰਫਾਰਮ ਕੀਤਾ, ਵਰਨਾ ਸਿਰਫ ਸਾਡਾ ਗੁਆਂਢੀ ਸੂਬਾ ਹੀ ਆਉਂਦਾ ਸੀ। ਜਿੱਦਾਂ ਹੁਣ ਇਹ ਨੌਕਰੀਆਂ ਖੇਡਾਂ 'ਚ ਜਦੋਂ ਸੁਧਾਰ ਹੋ ਰਿਹਾ ਤਾਂ ਬੱਚੇ ਆਪਣੇ ਪੰਜਾਬ 'ਚ ਰਹਿਣਗੇ। ਤੁਸੀਂ ਆਉਣ ਵਾਲੇ ਸਾਲ 2 ਸਾਲ 3 ਸਾਲਾਂ 'ਚ ਦੇਖਿਓ ਇਹ ਟ੍ਰੈਂਡ ਚੇਂਜ ਹੋ। ਸਰ ਕਦੋਂ ਤੱਕ ਉਮੀਦ ਆ ਬਾਇਓਮੈਟ੍ਰਿਕ ਲੱਗਣ ਦੀ ਪੰਜਾਬ ਦੇ? ਲਾ ਦਾਂਗੇ ਦੋਸਤਾਂ, ਕਾਫੀ ਲੰਬੇ ਸਮੇਂ ਤੋਂ ਕਹਿ ਰਹੇ ਸਰ ਪੂਰੇ ਪੰਜਾਬ ਦੀ ਸਭ ਜਿਹੜੀ ਆ ਟੀਚਰਸ ਦੀ ਅੱਜ ਨਹੀਂ ਜੀ, ਅੱਜ ਅਸੀਂ ਨਾ ਇਹ ਇੱਕ ਪਾਇਲਟ ਸ਼ੁਰੂ ਕਰ ਰਹੇ ਹਾਂ। ਇਹ ਹਜੇ ਸਿਰਫ ਇੱਕ ਪਾਇਲਟ ਹੈ, ਇਹ ਵੀ ਜਿਵੇਂ ਬਹੁਤ ਸਾਰੇ ਬੱਚੇ ਜਿਹੜੇ ਹੁੰਦੇ ਨੇ ਉਹ ਸਕੂਲਾਂ ਤੋਂ ਬਾਅਦ ਡਾਇਰੈਕਟਲੀ ਕੰਮ 'ਤੇ ਚਲੇ ਜਾਂਦੇ ਨੇ। ਜਦੋਂ ਕੰਮ 'ਤੇ ਜਾਂਦੇ ਨੇ ਉਹ ਬਹੁਤ ਥੋੜ੍ਹੀਆਂ ਤਨਖਾਹਾਂ ਨੇ। ਸਾਨੂੰ ਇਹ ਕਿ ਅੱਛਾ ਉਹਨਾਂ ਦੇ ਜੇ ਘਰ ਦੇ ਹਾਲਾਤ ਨੇ, ਅਗਰ ਉਹ 10ਵੀਂ ਜਾਂ 12ਵੀਂ ਤੋਂ ਬਾਅਦ ਕੋਈ ਕੰਮ ਕਰਦੇ ਵੀ ਤਾਂ ਉਹ ਚੰਗੇ ਪੈਸੇ ਕਮਾ ਸਕਣ। ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜੋ ਸੋਚ ਹੈ ਕਿ ਹਰ ਹੱਥ ਦੇ ਵਿੱਚ ਟਿਫਨ ਹੋਵੇ, ਉਹ ਹਰ ਹੱਥ ਦੇ ਵਿੱਚ ਟਿਫਨ ਦੇਣ ਦੇ ਲਈ ਅਸੀਂ ਇਹ ਕਰ ਰਹੇ ਹਾਂ। ਹਜੇ ਇੱਕ ਪਾਇਲਟ ਹੈ, ਜਦੋਂ ਪੂਰਾ ਪ੍ਰੋਗਰਾਮ ਹੋਊਗਾ ਖੁਦ ਮਾਨਯੋਗ ਮੁੱਖ ਮੰਤਰੀ ਸਾਹਿਬ ਜੋੜਨਗੇ। ਤੁਹਾਨੂੰ ਇਹ ਵੀ ਦੱਸ ਦੀ ਇਹਦੇ ਵਿੱਚ ਅਸੀਂ ਬਹੁਤ ਦੇਸ਼ ਦੀਆਂ ਅਤੇ ਵਿਦੇਸ਼ ਦੀਆਂ ਨਾਮੀ ਸੰਸਥਾਨਾਂ ਦੀ ਮਦਦ ਲੈ ਰਹੇ ਹਾਂ, ਤਾਂ ਖੁਦ ਮੁੱਖ ਮੰਤਰੀ ਸਾਹਿਬ ਇਸ ਨੂੰ ਲਾਂਚ ਕਰਨਗੇ ਬਹੁਤ ਜਲਦੀ, ਜਿਹਦੇ ਵਿੱਚ ਕੈਂਬਰਿਜ, IIT ਦਿੱਲੀ, ਟੈਸ ਹੋਰ ਬਹੁਤ ਵੱਡੀਆਂ, ਮੈਕਸ ਹੈਲਥ ਕੇਅਰ, ਤਾਂ ਕਿ ਉਹ ਜਿਹੜੇ ਬੱਚੇ ਆ ਸਾਡੇ ਸਕੂਲਾਂ ਤੋਂ ਬਾਅਦ ਜਦੋਂ ਵੀ ਉਹ ਕੰਮ 'ਤੇ ਜਾਣ ਤਾਂ ਉਹਨਾਂ ਨੂੰ ਚੰਗੀਆਂ ਤਨਖਾਹਾਂ ਅਤੇ ਚੰਗਾ ਰੁਜ਼ਗਾਰ ਮਿਲ ਸਕੇ। ਇਹ ਹਜੇ ਪਾਇਲਟ ਹੈ, ਹਜੇ ਸ਼ੁਰੂਆਤ ਨਹੀਂ ਹੋਈ, ਅਤੇ ਹਜੇ ਇਹਨਾਂ ਸਾਰੀ ਕੰਪਨੀਜ਼ ਦੇ ਨਾਲ ਜਾਂ ਇਹਨਾਂ ਸਾਰੀ ਸੰਸਥਾਵਾਂ ਨਾਲ ਗੱਲਬਾਤ ਵੀ ਚੱਲ ਰਹੀ ਹੈ, ਅਤੇ ਖੁਦ ਮੁੱਖ ਮੰਤਰੀ ਸਾਹਿਬ ਇਸ ਨੂੰ ਲਾਂਚ। ਮੈਂ ਸਭ ਲਾਸਟ ਕੁਐਸਚਨ ਹੈ ਜੀ ਕਿ ਸੰਗਰੂਰ ਦੇ ਵਿੱਚ ਮੈਰੀਟੋਰੀਅਸ ਸਕੂਲ ਦੇ ਵਿੱਚ ਡੈਥ, ਹਾਂਜੀ, ਬੱਚੇ ਦੀ ਸੁਸਾਈਡ ਦੀ ਜਿਹੜੀ ਹੈ ਮਾਮਲਾ, ਕੱਲ੍ਹ ਸ਼ਾਮੀ ਮੈਨੂੰ ਖਬਰ ਮਿਲੀ ਸੀ ਅਤੇ ਮੇਰੀ SSP ਸੰਗਰੂਰ ਨਾਲ ਵੀ ਗੱਲ ਹੋਈ ਹੈ। ਉਹਨਾਂ ਨੇ ਵੀ ਇਹ ਦੱਸਿਆ ਕਿ ਕੱਲ੍ਹ ਪ੍ਰੀਪੋਰਟ ਦਾ ਨਤੀਜਾ ਆਇਆ ਸੀ, ਅਤੇ ਮੈਂ ਸਾਰੇ ਮਾਤਾ ਪਿਤਾਵਾਂ ਨੂੰ ਵੀ ਇਹ ਅਪੀਲ ਕਰੂੰਗਾ, ਸਾਰੇ ਅਧਿਆਪਕਾਂ ਨੂੰ, ਕਿ ਇਹ ਜਿਹੜਾ ਬੜਾ ਨਾਜ਼ੁਕ ਟਾਈਮ ਹੈ, ਅਸੀਂ ਕੋਟਾ 'ਚ ਦੇਖਿਆ, ਰਾਜਸਥਾਨ 'ਚ ਬਹੁਤ ਵੱਡੀ ਦਿੱਕਤ ਹੈ, ਉੱਥੇ ਵੀ ਜਿਹੜੀ ਆ ਬੱਚਿਆਂ 'ਚ ਸੁਸਾਈਡਸ, ਇਸ ਕਰਕੇ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਪ੍ਰੈਸ਼ਰ ਨਾ ਪਾ ਦਈਏ ਕਿ ਬੱਚੇ ਜਿਹੜੇ ਇੱਦਾਂ ਦੇ ਰਾਹ ਤਾਂ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਕਾਊਂਸਲਿੰਗ ਕਰਨੀ, ਟੀਚਰਸ ਨੂੰ ਵੀ ਹੈ ਕਿ ਵੀ ਆਹ ਜੀਵਨ ਹੈ, ਜੀਵਨ ਹਾਰ 'ਤੇ ਜਿੱਤਣਾ ਲੱਗਿਆ ਰਹਿੰਦਾ, ਅਤੇ ਇਹ ਜਿਹੜੀ ਹੈ ਬਹੁਤ ਜ਼ਰੂਰੀ ਹੈ ਅਤੇ ਬੜੀ ਮਨਪਾਕੀ ਘਟਨਾ।